हाँ जी, सत श्री अकाल दोस्तों, तुहाडा स्वागत है जी साडी YouTube चैनल हरीका जॉब अलर्ट ते। दोस्तों जेकर तुसी चैनल नूं पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। दोस्तों अज दी अपडेट जिहड़ी तुहाडे लई लैके आया है वो जिला संगरूर विखे भर्ती आउट हुई है। जिला संगरूर विखे जिहड़े दोस्तों ग्रंथी सिंह भर्ती कीते जाने हैं, तां तुसी इह पहली बार देखोगे कि अपने चैनल ते तुहानूं इहो जिहियां पोस्टां भी मिलणगियां जिहड़ियां धर्म दे रिलेटड भी होणगियां। धर्म दे रिलेटड भर्तियां आईआं ने, उहदी भी आपां अपडेट जिहड़ी तुहाडे तक लै के आउने आ। ते तुहाडे नेड़े कोई ऐसा कैंडिडेट है जिहड़ा ग्रंथी सिंह दीआं सेवावां जिहड़ियां निभा सकदा ते योगता रखदा, तां उहनां तक इह वीडियो दा लिंक जरूर शेयर कर दिओ नीचे शेयर बटन ते क्लिक करके। तो दोस्तों ऑफिस ऑफ द डिप्टी कमिश्नर संगरूर जाने के दफ्तर डिप्टी कमिश्नर डीसी ऑफिस संगरूर वालों ये भर्ती आउट हुई है। तो यह भर्ती करन दी जिम्मेवारी पंजाबी यूनिवर्सिटी पटियाला नूं दित्ती गई है। तो डीसी ऑफिस वालों पत्र नंबर 3671 मिति 14/8/23 जिहड़ा भेजा गया दोस्तों उप कुलपति पंजाबी यूनिवर्सिटी पटियाला नूं, तां इहदा विशा हैगा जी जिला संगरूर अधीन धर्म अर्थ मामले अमले नाल धर्म अर्थ अमले नाल संबंधित ग्रंथियां दी भर्ती करन दे संबंध विच। तां इह दसदे आ कि ਜ਼ਿਲ੍ਹਾ ਸੰਗਰੂਰ ਦੇ ਅਧੀਨ ਧਰਮ ਅਰਥ ਅਮਲੇ ਨਾਲ ਸੰਬੰਧਿਤ ਗ੍ਰੰਥੀ ਦੀਆਂ 3 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ, ਜੋ ਕਿ ਯੂਨੀਵਰਸਿਟੀ ਅਧੀਨ ਧਾਰਮਿਕ ਅਧਿਐਨ ਵਿਭਾਗ ਪਾਸੋਂ ਕਰਵਾਉਣ ਲਈ ਲਿਖਿਆ ਗਿਆ ਸੀ। ਠੀਕ ਹੈ ਜੀ, ਤਾਂ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਗ੍ਰੰਥੀ ਦੀ ਭਰਤੀ ਦੇ ਸੰਬੰਧ ਵਿੱਚ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਰਤੀ ਕੀਤੀ ਜਾਵੇ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਏਜ ਲਿਮਿਟ ਦੱਸ ਦਿੰਦਾ, ਕੁਆਲੀਫਿਕੇਸ਼ਨ ਦੱਸ ਦਿੰਦਾ, ਕੀ ਕ੍ਰਾਈਟੀਰੀਆ ਸਾਰਾ ਕਿੱਦਾਂ ਭਰਤੀ ਕੀਤੀ ਜਾਣੀ ਆ, ਤਾਂ ਉਹ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ। ਗ੍ਰੰਥੀ ਦੀ ਅਸਾਮੀ ਪਰ ਨਿਯੁਕਤੀ ਲਈ ਇਹ ਲਾਜ਼ਮੀ ਹੋਵੇਗਾ ਕਿ ਉਮੀਦਵਾਰ ਸਿੱਖ ਮਰਿਆਦਾ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਪੂਰਾ ਕਰਦਾ ਹੋਵੇ। ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਕਿ ਸਾਰੇ ਪਹਿਲੂਆਂ ਨੂੰ ਤੁਸੀਂ ਪੂਰੇ ਕਰਦੇ ਹੋਵੋ। ਠੀਕ ਹੈ ਜੀ, ਅਤੇ ਇਹਦੇ ਵਿੱਚ ਉਮਰ ਸੀਮਾ ਜਿਹੜੀ ਰੱਖੀ ਗਈ ਹੈ ਜੀ ਜਨਰਲ ਕੈਟੇਗਰੀ ਦੇ ਲਈ 18 ਤੋਂ 37 ਸਾਲ ਵਾਲੇ ਅਪਲਾਈ ਕਰ ਸਕਦੇ ਜੀ, ਜਿਨ੍ਹਾਂ ਦੀ ਉਮਰ 18 ਤੋਂ 37 ਸਾਲ ਹੈ ਅਤੇ ਜਨਰਲ ਕੈਟੇਗਰੀ ਨੂੰ ਬਿਲੋਂਗ ਕਰਦੇ ਆ। ਅਤੇ ਜਿਹੜੇ ਹੈਗੇ ਜੀ ਤੁਹਾਡੇ SC ਕੈਂਡੀਡੇਟ ਜਾਂ BC ਕੈਂਡੀਡੇਟ, ਉਹਨਾਂ ਦੀ ਜਿਹੜੀ ਏਜ ਲਿਮਿਟ ਉਹ 42 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਆ। ਅਤੇ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਉਮਰ ਸੀਮਾ ਵੀ ਛੋੜ ਦਿੰਦੇ ਹੋ, ਵੱਧ ਤੋਂ ਵੱਧ ਉਮਰ ਸਾਰ ਜਿਹੜੀ 45 ਸਾਲ ਹੋਵੇਗੀ। ਅਤੇ ਉਸ ਤੋਂ ਬਾਅਦ ਜੀ ਜਿਹੜੇ ਐਕਸ ਸਰਵਿਸ ਮੈਨ ਨੇ ਉਹਨਾਂ ਦੀ ਜੋ ਵੀ ਹੁੰਦੀ ਹੈ ਸਰਵਿਸ ਪੀਰੀਅਡ ਹੁੰਦਾ, ਠੀਕ ਹੈ, ਪਲੱਸ 3 ਸਾਲ, ਤਾਂ ਇਹ ਉਹਨਾਂ ਦੀ ਲਿਮਿਟ ਹੁੰਦੀ ਹੈ ਜੀ। ਪੰਜਾਬ ਦੇ ਵਸਨੀਕ ਜਿਹੜੇ ਅੰਗਹੀਣ ਉਮੀਦਵਾਰ ਇਹਦੇ 'ਚ ਅਪਲਾਈ ਕਰਨਾ ਚਾਹੁੰਦੇ ਆ, ਤਾਂ ਉਹਨਾਂ ਨੂੰ 10 ਸਾਲ ਦੀ ਉਮਰ ਦੀ ਛੋਟ ਹੈ, ਉਹ 47 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ। ਜੇ ਕੋਈ ਵਿਡੋਜ਼ ਡਾਇਵੋਰਸੀ ਵੁਮਨ ਹੈਗੇ ਆ ਜਾਂ ਅਦਰ ਕੈਟੇਗਰੀਜ਼ ਆਫ ਸਰਟਨ ਕੈਟੇਗਰੀਜ਼ ਆਫ ਵੁਮਨ ਹੈ, ਠੀਕ ਹੈ, ਜਿਹਦੇ 'ਚ ਵਿਡੋਜ਼ ਡਾਇਵੋਰਸੀਜ਼ ਆ ਜਾਂਦੇ ਆ, ਤਾਂ ਉਹ ਕੈਂਡੀਡੇਟ 40 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ। ਤਾਂ ਇਹ ਉਮਰ ਸੀਮਾ ਜੀ ਵੱਖ ਵੱਖ ਕੈਟੇਗਰੀਆਂ ਦੀ। ਉਸ ਤੋਂ ਬਾਅਦ ਰਾਖਵੇਂਕਰਨ ਦਾ ਲਾਭ ਹੈ ਜਿਹੜਾ ਕੇਵਲ ਪੰਜਾਬ ਰਾਜ ਦੇ ਵਸਨੀਕਾਂ ਨੂੰ ਹੀ ਮਿਲਣ ਯੋਗ ਹੋਵੇਗਾ। ਠੀਕ ਹੈ ਜੀ, ਰਾਖਵੇਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਵਸਨੀਕ ਦਾ ਜਾਰੀ ਹੋਇਆ ਸਰਟੀਫਿਕੇਟ ਯਾਨੀ ਕਿ ਡੋਮੀਸਲ ਸਰਟੀਫਿਕੇਟ ਪੇਸ਼ ਕਰੇਗਾ। ਇਹ ਸਰਟੀਫਿਕੇਟ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਤਾਂ ਜਨਰਲ ਕੈਟੇਗਰੀ ਦੇ ਲਈ ਡੋਮੀਸਲ ਸਰਟੀਫਿਕੇਟ ਨਹੀਂ ਚਾਹੀਦਾ। ਜੇ ਕੋਈ ਤੁਹਾਡੀ ਰਿਜ਼ਰਵ ਕੈਟੇਗਰੀ ਹੈ, SC ਕੈਟੇਗਰੀ ਹੈ, BC ਕੈਟੇਗਰੀ ਹੈ, ਤਾਂ ਤੁਹਾਨੂੰ ਇਹ ਸਰਟੀਫਿਕੇਟ ਲਾਜ਼ਮੀ ਹੈ, ਡੋਮੀਸਲ ਸਰਟੀਫਿਕੇਟ। ਕੈਟੇਗਰੀ ਸੰਬੰਧੀ ਸਰਟੀਫਿਕੇਟ ਸਰਕਾਰ ਦੀਆਂ ਪ੍ਰਚਲਿਤ ਹਦਾਇਤਾਂ ਅਨੁਸਾਰ ਹੋਣਾ ਲਾਜ਼ਮੀ ਹੈ। ਉਸ ਤੋਂ ਬਾਅਦ ਜੀ ਜਿਹੜਾ ਇਹ 'ਚ ਤਨਖਾਹ ਸਕੇਲ ਮਿਲਣਾ, ਭੱਤਾ ਮਿਲਣਾ, ਪੇ ਸਕੇਲ ਮਿਲਣਾ ਜਿਹੜਾ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਮਿਲਣਾ, ਅਤੇ ਐਂਡ ਰੈਕਮੈਂਡੇਸ਼ਨ ਆਫ ਦਾ ਇਨ ਹਾਊਸ ਕਮੇਟੀ, ਮਿਨੀਮਮ ਪੇ ਐਡਮਿਸੀਬਲ ₹18,000। ਠੀਕ ਹੈ ਜੀ, ਤਾਂ ਇਹਦੇ 'ਚ ਜਿਹੜੀ ਤੁਹਾਨੂੰ ਸਰਕਾਰੀ ਸੈਲਰੀ ਜਿਹੜੀ ਮਿਲ ਰਹੀ ਹੈ, ਕਿਉਂਕਿ ਜਿਹੜੀ ਗਰੁੱਪ ਡੀ ਦੀ ਪੋਸਟ ਹੁੰਦੀ ਆ ਪੰਜਾਬ 'ਚ, ਉਹਦੇ ਲਈ ਘੱਟੋ ਘੱਟ ਸੈਲਰੀ 18,000 ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਸਰਕਾਰੀ ਪੋਸਟ, ਤਾਂ ਉਸ ਹਿਸਾਬ ਦੀ ਤੁਹਾਨੂੰ ਇਹਦੇ 'ਚ ਸੈਲਰੀ ਮਿਲ ਰਹੀ ਹੈ ਜੀ। 3 ਸਾਲ ਦੇ ਪਰਖ ਕਾਲ ਸਮੇਂ ਦੌਰਾਨ ਉਸਨੂੰ ਵੱਜਵੀਂ ਤਨਖਾਹ 18,000 ਹੀ ਦਿੱਤੀ ਜਾਵੇਗੀ। ਤਾਂ ਇੱਥੋਂ ਬਿਲਕੁਲ ਕਲੀਅਰ ਹੋ ਜਾਂਦਾ ਕਿ ਜਿਹੜੀ ਇਹ ਭਰਤੀ ਆ, ਇਹ ਬਿਲਕੁਲ ਇੱਕ ਰੈਗੂਲਰ ਭਰਤੀ ਆ। ਠੀਕ ਹੈ ਜੀ, ਗਰੁੱਪ ਡੀ ਦੀ ਭਰਤੀ ਆ, ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਨਿਕਲੀ ਆ ਭਰਤੀ, ਅਤੇ ਭੱਤੇ ਸਰਕਾਰ ਵੱਲੋਂ ਸਮੇਂ-ਸਮੇਂ ਪਰ ਜਾਰੀ ਹਦਾਇਤਾਂ ਅਨੁਸਾਰ। ਤਾਂ 3 ਸਾਲ ਤੁਹਾਨੂੰ ਪ੍ਰੋਬੇਸ਼ਨ ਪੀਰੀਅਡ ਹੈ, 18,000 ਸੈਲਰੀ ਮਿਲਣੀ, ਉਹ ਤੋਂ ਬਾਅਦ ਜੋ ਵੀ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਸੈਲਰੀ ਬਣਦੀ ਆ 3 ਸਾਲ ਬਾਅਦ, ਉਦਾਂ ਤੁਹਾਨੂੰ ਉਹ ਸੈਲਰੀ ਮਿਲੇਗੀ। ਠੀਕ ਹੈ ਜੀ, ਵਿੱਦਿਅਕ ਯੋਗਤਾ ਦੇ ਲਈ ਘੱਟੋ ਘੱਟ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ। ਠੀਕ ਹੈ ਜੀ, ਘੱਟੋ ਘੱਟ 8ਵੀਂ ਪਾਸ ਹੋਣੇ ਚਾਹੀਦੇ ਹੋ। ਅਤੇ ਉਪਰੋਕਤ ਅਸਾਮੀਆਂ ਸੰਬੰਧੀ ਪੰਜਾਬ ਸਰਕਾਰ ਪਰਸੋਨਲ ਵਿਭਾਗ ਪਰਸੋਨਲ ਪਾਲਿਸੀਜ਼ 1 ਸ਼ਾਖਾ ਦੇ ਨੋਟੀਫਿਕੇਸ਼ਨ ਮਿਤੀ 4 ਨਵੰਬਰ 2022 ਲਾਗੂ ਹੋਵੇਗਾ, ਜਿਸ ਰਾਹੀਂ ਪੰਜਾਬ ਸਟੇਟ ਗਰੁੱਪ ਡੀ ਸੇਵਾ ਨਿਯਮ 1963 ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਗਈ ਹੈ। ਠੀਕ ਹੈ ਜੀ, ਤਾਂ ਬਿਲਕੁਲ ਰੈਗੂਲਰ ਭਰਤੀ ਆ, ਗਰੁੱਪ ਡੀ
ਦੇ ਜੋ ਵੀ ਰੂਲਸ ਨੇ ਉਹਦੇ ਅਕੋਰਡਿੰਗ ਭਰਤੀ ਕੀਤੀ ਜਾਣੀ ਹੈ ਇਹ। ਅਤੇ ਇਹਦੇ 'ਚ ਇੱਕ ਚੀਜ਼ ਹੋਰ ਹੈ ਕਿ ਤੁਸੀਂ ਜਿਹੜਾ ਪੰਜਾਬੀ ਲੈਂਗੁਏਜ ਦਾ ਟੈਸਟ ਜਿਹੜਾ ਜ਼ਰੂਰ ਤੁਸੀਂ ਪਾਸ ਕੀਤਾ ਹੋਵੇ, ਭਾਵ ਕਿ ਪੰਜਾਬੀ ਸਬਜੈਕਟ ਪਾਸ ਕੀਤਾ ਹੋਵੇ 8ਵੀਂ ਪੱਧਰ ਤੱਕ, ਅਤੇ ਐਟਲੀਸਟ ਤੁਹਾਡੇ 50% ਮਾਰਕਸ ਹੋਣੇ ਚਾਹੀਦੇ ਆ। ਤਾਂ ਬੇਸਿਕਲੀ ਇਹਦੇ 'ਚ ਤੁਸੀਂ 8ਵੀਂ ਕੀਤੀ ਹੋਵੇ, ਠੀਕ ਹੈ ਜੀ, 8ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ, ਅਤੇ ਇੱਕ ਤੁਹਾਡਾ ਪੰਜਾਬੀ ਕੁਆਲੀਫਾਈਂਗ ਜਿਹੜਾ ਟੈਸਟ ਹੋਏਗਾ, ਅਤੇ ਉਹਦੇ 'ਚ ਤੁਸੀਂ 50% ਨੰਬਰ ਲੈਣੇ ਜ਼ਰੂਰੀ ਆ, ਠੀਕ ਹੈ, ਜਿਵੇਂ ਗਰੁੱਪ ਸੀ ਦੀ ਪੋਸਟ 'ਚ ਹੁੰਦਾ। ਮੇਰਾ ਖਿਆਲ ਪਹਿਲਾਂ ਮੈਂ ਕੁਛ ਹੋਰ ਕਹਿ ਗਿਆ, ਆਈ ਐਮ ਸੋਰੀ। ਅਤੇ ਹੁਣ ਜਿਵੇਂ ਗਰੁੱਪ ਸੀ ਦੀ, ਜਿਵੇਂ ਪੀਟਰ ਪਲੱਸ ਵੀ ਪੇਪਰ ਲੈਂਦਾ, ਉਹਦੇ 'ਚ ਇੱਕ ਪੰਜਾਬੀ ਕੁਆਲੀਫਾਇੰਗ ਪੇਪਰ ਹੁੰਦਾ, ਠੀਕ ਹੈ ਜੀ, ਜਿਹਦੇ 'ਚ ਪੰਜਾਬੀ ਦਾ ਹੀ ਸਿਲੇਬਸ ਆਉਂਦਾ, ਉੱਦਾਂ ਹੀ ਤੁਹਾਡਾ ਇਹ ਪੇਪਰ ਹੋਣਾ, ਕਿਉਂਕਿ ਗਰੁੱਪ ਸੀ ਅਤੇ ਡੀ ਦੀਆਂ ਪੋਸਟਾਂ ਦੇ ਲਈ ਇਹ ਦੋਨੋਂ ਇਹ ਪੇਪਰ ਜਿਹੜਾ ਪੰਜਾਬੀ ਵਾਲਾ ਕੰਡਕਟ ਹੋਣ ਲੱਗ ਗਿਆ, ਇਸ ਕਰਕੇ ਤੁਹਾਡਾ ਇਹ ਹੋਣਾ। ਅਤੇ 50% ਨੰਬਰ ਲੈਣੇ ਜ਼ਰੂਰੀ ਆ ਪੰਜਾਬੀ ਕੁਆਲੀਫਾਇੰਗ ਟੈਸਟ ਦੇ ਵਿੱਚੋਂ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਜੀ, ਜੇ ਇਹਨਾਂ ਨੇ ਲਿਖਿਆ ਕਿ ਉਪਰੋਕਤ ਵਿੱਦਿਅਕ ਯੋਗਤਾ ਪੰਜਾਬ ਸਰਕਾਰ ਅਧੀਨ ਗਰੁੱਪ ਡੀ ਦੀਆਂ ਅਸਾਮੀਆਂ ਲਈ ਹੈ, ਅਤੇ ਗ੍ਰੰਥੀ ਦੀ ਅਸਾਮੀ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੁੱਪ ਡੀ ਵਿੱਚ ਹੀ ਕਵਰ ਹੁੰਦੀ ਹੈ। ਪਰ ਇਸ ਅਸਾਮੀ ਪਰ ਕੰਮ ਦੀ ਕਿਸਮ ਨੂੰ ਦੇਖਦੇ ਹੋਏ ਜੇਕਰ ਕੋਈ ਹੋਰ ਯੋਗਤਾ ਜਿਵੇਂ ਕਿ ਗਿਆਨੀ ਆਦਿ ਲੋੜੀਂਦੀ ਹੋਵੇ ਤਾਂ ਇਸ ਸੰਬੰਧੀ ਫੈਸਲਾ ਲੈ ਲਿਆ ਜਾਵੇ ਜੀ, ਤਾਂ ਜੋ ਇਹਨਾਂ ਅਸਾਮੀਆਂ ਵਿਰੁੱਧ ਉੱਚਿਤ ਯੋਗ ਉਮੀਦਵਾਰ ਦੀ ਭਰਤੀ ਕੀਤੀ ਜਾ ਸਕੇ, ਠੀਕ ਹੈ ਜੀ। ਜੇ ਹਾਇਰ ਕੁਆਲੀਫਿਕੇਸ਼ਨ ਹੈ ਕੈਂਡੀਡੇਟ ਕੋਲ, ਉਹ ਵੀ ਇਹ 'ਚ ਅਪਲਾਈ ਕਰ ਸਕਦੇ, ਕੋਈ ਦਿੱਕਤ ਨਹੀਂ। ਚੋਣ ਵਿਧੀ ਦੀ ਗੱਲ ਕਰੀਏ, ਪੰਜਾਬ ਸਰਕਾਰ ਮਾਲ ਵਿਭਾਗ ਵੱਲੋਂ ਧਰਮ ਅਮਲੇ ਨਾਲ ਸੰਬੰਧਿਤ ਗ੍ਰੰਥੀ ਦੀ ਅਸਾਮੀ ਨੂੰ ਦਰਜਾ 4 ਘੋਸ਼ਿਤ ਹੋਇਆ ਹੈ, ਪਰੰਤੂ ਇਹਨਾਂ ਅਸਾਮੀਆਂ ਦੀ ਭਰਤੀ ਸੰਬੰਧੀ ਕੋਈ ਵਿਸ਼ੇਸ਼ ਨਿਯਮ ਮਾਪਦੰਡ ਬਣਾਏ ਨਹੀਂ ਗਏ ਹਨ। ਇਸ ਲਈ ਇਹਨਾਂ ਅਸਾਮੀਆਂ ਦੀ ਭਰਤੀ ਲਈ ਗ੍ਰੰਥੀ ਨਾਲ ਸੰਬੰਧਿਤ ਲਿਖਤੀ ਪ੍ਰੀਖਿਆ ਲੈਂਦੇ ਹੋਏ ਜਾਂ ਕੋਈ ਹੋਰ ਵਿਧੀ ਜੋ ਆਪ ਨੂੰ ਢੁੱਕਵੀਂ ਲੱਗਦੀ ਹੋਈ ਅਪਣਾਉਂਦੇ ਹੋਏ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਸੂਚੀ ਇਸ ਦਫ਼ਤਰ ਨੂੰ ਘੱਲੀ ਜਾਵੇ, ਠੀਕ ਹੈ ਜੀ। ਜਾਂ ਤਾਂ ਹੁਣ ਇਹਦੇ 'ਚ ਜਿਹੜਾ ਤੁਹਾਡਾ ਟੈਸਟ ਹੋ ਸਕਦਾ, ਰਿਟਨ ਟੈਸਟ ਹੋ ਸਕਦਾ, ਜਾਂ ਫਿਰ ਜਿਵੇਂ ਵੀ ਪੰਜਾਬੀ ਯੂਨੀਵਰਸਿਟੀ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਦੇ ਤਹਿਤ ਭਰਤੀ ਕਰੇਗੀ, ਜਾਂ ਇੰਟਰਵਿਊ ਲੈ ਸਕਦੇ ਸਿੱਧੀ, ਜਾਂ ਤੁਹਾਡਾ ਸਕਿੱਲ ਟੈਸਟ ਹੋ ਸਕਦਾ, ਠੀਕ ਹੈ, ਕੁਛ ਵੀ ਉਹ ਆਪਣੇ ਅਕੋਰਡਿੰਗ ਤੁਹਾਡਾ ਟੈਸਟ ਲੈ ਸਕਦੇ, ਠੀਕ ਹੈ ਜੀ। ਉਹ ਤੁਹਾਨੂੰ ਦੱਸ ਦੇਣਗੇ ਜਦੋਂ ਵੀ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਆਏਗਾ। ਤਾਂ ਇਹ ਚੋਣ ਵਿਧੀ ਹੈ ਜੀ। ਉਕਤ ਨੁਕਤਿਆਂ ਨੂੰ ਵਾਚਦੇ ਹੋਏ ਬੇਨਤੀ ਕੀਤੀ ਜਾਂਦੀ ਕਿ ਇਸ ਦਫ਼ਤਰ ਅਧੀਨ ਗ੍ਰੰਥੀ ਦੀਆਂ ਖਾਲੀ ਅਸਾਮੀਆਂ ਨੂੰ ਪੂਰ ਕਰਨ ਲਈ ਪ੍ਰਕਿਰਿਆ 1 ਮਹੀਨੇ ਦੇ ਅੰਦਰ ਪੂਰੀ ਕਰਦੇ ਹੋਏ ਇਸ ਦਫ਼ਤਰ ਨੂੰ ਯੋਗ ਉਮੀਦਵਾਰਾਂ ਦੀ ਸੂਚੀ ਸ਼ਾਰਟ ਲਿਸਟ ਕਰਦੇ ਹੋਏ ਸੂਚਿਤ ਕੀਤੇ ਜਾਣ ਦੀ ਕਿਰਪਾਲਤਾ ਕੀਤੀ ਜਾਵੇ, ਠੀਕ ਹੈ ਜੀ। ਤਾਂ 1 ਮਹੀਨੇ ਦਾ ਸਮਾਂ ਦਿੱਤਾ ਗਿਆ ਜੀ ਭਰਤੀ ਕਰਨ ਲਈ, ਤਾਂ ਬੜਾ ਜਲਦੀ ਇਹ ਜਿਹੜਾ ਕੰਪਲੀਟ ਹੋਣਾ ਕੰਮ। ਅਤੇ ਉਸ ਤੋਂ ਬਾਅਦ ਜੀ, ਹੁਣ ਜਿਹੜਾ ਸੰਬੰਧਿਤ ਡਿਪਾਰਟਮੈਂਟ, ਠੀਕ ਹੈ ਜੀ, ਪੰਜਾਬੀ ਯੂਨੀਵਰਸਿਟੀ ਦਾ ਸੰਬੰਧਿਤ ਡਿਪਾਰਟਮੈਂਟ ਹੈ ਗੁਰੂ ਗੋਬਿੰਦ ਸਿੰਘ ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ। ਤਾਂ ਇਹ ਫਰਦਰ ਇਹ ਡਿਪਾਰਟਮੈਂਟ ਭਰਤੀ ਕਰਕੇ ਦੇਵੇਗਾ ਗ੍ਰੰਥੀ ਸਿੰਘ ਦੀ। ਤਾਂ ਇਹਦੇ ਵਿੱਚੋਂ ਇਸ ਸੰਬੰਧੀ ਉਮੀਦਵਾਰਾਂ ਨੂੰ ਦੱਸਿਆ ਜਾਂਦਾ ਕਿ ਮਿਤੀ 29/8/2023, ਠੀਕ ਹੈ ਜੀ, 29 ਅਗਸਤ 2023 ਦਿਨ ਮੰਗਲਵਾਰ ਸਵੇਰੇ 11:30 ਲਿਖਤੀ ਪ੍ਰੀਖਿਆ ਹੋਵੇਗੀ। ਤਾਂ ਉੱਪਰ ਜਿਹੜਾ ਮੈਂ ਤੁਹਾਨੂੰ ਲੈਟਰ ਪੜ੍ਹ ਕੇ ਸੁਣਾਇਆ ਸੀ, ਜਿਹੜਾ ਡੀ ਸੀ ਸੰਗਰੂਰ ਨੇ ਭੇਜਿਆ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਈਸ ਚਾਂਸਲਰ ਨੂੰ, ਤਾਂ ਉਹਦੇ ਵਿੱਚ ਤਮਾਮ ਜਿਹੜੇ ਨੁਕਤੇ ਸੀਗੇ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸਿਆ। ਫਰਦਰ ਹੁਣ ਅੱਗੇ ਇਹਦਾ ਪ੍ਰੋਸੈਸ ਹੋ ਗਿਆ ਕਿਉਂਕਿ ਇਹਦੇ ਨਾਲ ਹੀ ਇੱਕ ਨੀਚੇ ਪੇਜ ਅਟੈਚ ਸੀਗਾ, ਤਾਂ ਉਹਨਾਂ ਨੇ ਫੈਸਲਾ ਲੈ ਲਿਆ ਪੰਜਾਬੀ ਯੂਨੀਵਰਸਿਟੀ ਨੇ, ਅਤੇ ਫੈਸਲਾ ਇਹ ਲਿਆ ਕਿ ਇਹਦੀ ਲਿਖਤੀ ਪ੍ਰੀਖਿਆ ਲਈ ਜਾਏਗੀ, ਠੀਕ ਹੈ ਜੀ, ਇਸ ਇਹਨਾਂ ਨੂੰ ਭਰਤੀ ਕਰਨ ਦੇ ਲਈ। ਤਾਂ 29 ਅਗਸਤ 2023 ਸਵੇਰੇ 11:30 ਲਿਖਤੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਸਮੇਂ ਉਮੀਦਵਾਰ ਆਪਣੇ ਨਾਲ ਗੱਤਾ ਯਾਨੀ ਕਿ ਪੇਪਰ ਬੋਰਡ ਲੈ ਕੇ ਆਉਣ, ਠੀਕ ਹੈ ਜੀ, ਗੱਤਾ ਲੈ ਕੇ ਆਉਣ, ਜਿਵੇਂ ਤੁਹਾਡਾ ਫੱਟਾ ਹੁੰਦਾ ਹੈ, ਠੀਕ ਹੈ, ਪੇਪਰ ਵਾਲਾ, ਆਪਾਂ ਪਹਿਲਾਂ ਪੇਪਰ ਦਿਆ ਕਰਦੇ ਸੀ ਉਹਦੇ 'ਤੇ। ਅਤੇ 31/8/2023 ਦਿਨ ਵੀਰਵਾਰ ਦੁਪਹਿਰ 1:30 ਵਿਭਾਗ ਵਿਖੇ ਇੰਟਰਵਿਊ ਹੋਏਗੀ, ਠੀਕ ਹੈ ਜੀ। ਤਾਂ ਪਹਿਲਾਂ ਲਿਖਤੀ ਪ੍ਰੀਖਿਆ ਹੋਣੀ ਹੈ ਜੀ 29 ਤਰੀਕ ਨੂੰ, ਫਿਰ ਉਹ ਲਿਖਤੀ ਪ੍ਰੀਖਿਆ ਤੋਂ ਬਾਅਦ ਜਿਹੜਾ 31 ਤਰੀਕ ਨੂੰ ਇੰਟਰਵਿਊ ਹੋਣਾ। ਇੰਟਰਵਿਊ ਵਾਲੇ ਦਿਨ ਉਮੀਦਵਾਰ ਆਪਣੇ ਸਾਰੇ ਦਸਤਾਵੇਜ਼ ਅਸਲ ਅਤੇ ਫੋਟੋ ਕਾਪੀ ਨਾਲ ਲੈ ਕੇ ਆਉਣ। ਤਾਂ 31 ਤਰੀਕ ਨੂੰ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਜਾਣੇ ਆ, ਸਾਰੇ ਓਰਿਜਨਲ ਪਲੱਸ ਫੋਟੋ ਕਾਪੀ, ਠੀਕ ਹੈ ਜੀ। 29 ਨੂੰ ਡਾਕੂਮੈਂਟ ਨਹੀਂ ਲੈ ਕੇ ਜਾਣੇ, 29 ਨੂੰ ਜਿਹੜਾ ਤੁਸੀਂ ਪੇਪਰ ਹੋਏਗਾ ਤੁਹਾਡਾ। ਅਤੇ ਪ੍ਰੀਖਿਆ ਸੰਬੰਧੀ ਨਿਯਮ ਨੋਟ ਕਰ ਲਓ। ਤਾਂ ਪ੍ਰੀਖਿਆ ਸੰਬੰਧੀ ਕੀ ਨਿਯਮ ਨੇ ਜੀ? ਪਹਿਲਾ ਪੇਪਰ ਪੰਜਾਬੀ ਭਾਸ਼ਾ ਦੀ ਮੁੱਢਲੀ ਪਰਖ ਸੰਬੰਧੀ ਹੋਵੇਗਾ, ਠੀਕ ਹੈ ਜੀ। ਪੰਜਾਬੀ ਲੈਂਗੁਏਜ ਪੇਪਰ ਜਿਹੜਾ ਹੋਏਗਾ ਤੁਹਾਡਾ ਉਹ ਹੋਏਗਾ ਜੀ, ਇਸ ਦਾ ਪੱਧਰ 8ਵੀਂ ਕਲਾਸ ਤੱਕ ਦਾ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਤੱਕ ਦੀਆਂ ਪੰਜਾਬੀ ਦੀ ਕਿਤਾਬਾਂ ਨੂੰ ਪਾਠ ਪੁਸਤਕ ਵਜੋਂ ਵਾਚਿਆ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਜਿਹੜੀ ਵੀ ਤੁਹਾਡੀ 8ਵੀਂ ਤੱਕ ਦੀਆਂ ਕਿਤਾਬਾਂ ਹੈਗੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬੀ ਦੀਆਂ, ਉਹ ਤੁਸੀਂ ਇਹਦੇ ਰੈਫਰੈਂਸ ਲਈ ਪੜ੍ਹ ਸਕਦੇ ਹੋ, ਉਹਦੇ ਵਿੱਚੋਂ ਹੀ ਪੇਪਰ ਆਏਗਾ, ਠੀਕ ਹੈ ਜੀ। ਵਿੱਚੋਂ ਤੋਂ ਭਾਵ ਹੈ ਕਿ ਉਹਦੇ ਨਾਲ ਮਿਲਦਾ ਜੁਲਦਾ, ਠੀਕ ਹੈ ਜੀ। ਉਸ ਤੋਂ ਬਾਅਦ ਦੂਜਾ ਪੇਪਰ ਹੈ ਜਿਹੜਾ ਸਿੱਖ ਰਹਿਤ ਮਰਿਆਦਾ, ਗੁਰਬਾਣੀ ਉਚਾਰਨ ਅਤੇ ਗੁਰਮਤ ਦੀ ਮੁੱਢਲੀ ਜਾਣਕਾਰੀ ਨਾਲ ਸੰਬੰਧਿਤ ਹੋਵੇਗਾ।
SGPC ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਨੂੰ ਆਧਾਰ ਬਣਾਇਆ ਜਾਵੇਗਾ। ਠੀਕ ਹੈ ਜੀ, ਤਾਂ ਇਹ ਵੀ ਦੱਸ ਦਿੱਤਾ ਕਿ ਦੂਜਾ ਪੇਪਰ ਜਿਹੜਾ ਤੁਹਾਡਾ ਕਿਸ ਸੰਬੰਧੀ ਹੋਣਾ, ਇਹ ਵੀ ਤੁਸੀਂ ਨੋਟ ਕਰ ਲਓ। ਤਾਂ ਪੇਪਰ ਪਾਸ ਪ੍ਰੀਖਿਆਰਥੀ ਹੀ ਇੰਟਰਵਿਊ ਲਈ ਯੋਗ ਪਾਏ ਜਾਣਗੇ। ਤਾਂ ਜਿਹੜੇ ਵੀ ਕੈਂਡੀਡੇਟ ਪੇਪਰ ਕਲੀਅਰ ਕਰਨਗੇ, ਜਿਹੜਾ ਵੀ 29 ਤਰੀਕ ਨੂੰ ਹੋਏਗਾ, ਉਹ 'ਚੋਂ ਜਿਹੜੇ ਕੈਂਡੀਡੇਟ ਪਾਸ ਹੋਣਗੇ ਉਹੀ ਅੱਗੇ ਇੰਟਰਵਿਊ ਲਈ ਯੋਗ ਪਾਏ ਜਾਣਗੇ। ਤਾਂ ਇਹਦੇ ਸੰਬੰਧੀ ਹੁਣ ਅਪਲਾਈ ਕਿਵੇਂ ਕਰਨਾ ਨੋਟ ਕਰ ਲਓ। ਚਾਹਵਾਨ ਉਮੀਦਵਾਰ ਮਿਤੀ 25/8/23 ਤੱਕ ਅਪਲਾਈ ਕਰ ਸਕਦੇ ਜੀ। 25 ਅਗਸਤ 2023 ਲਾਸਟ ਡੇਟ ਹੈ ਇਹਦੀ। ਆਪਣੀਆਂ ਅਰਜ਼ੀਆਂ ਵਿਭਾਗ ਦੀ ਈਮੇਲ ID rstudiespatiala@gmail.com ਜਾਂ ਵੀ ਕਿਸੇ ਵੀ ਕੰਮਕਾਜ ਵਾਲੇ ਦਿਨ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਤਾਂ ਉਸ ਤੋਂ ਇਹਦੇ ਲਈ ਵੈਸੇ ਕੋਈ ਫਾਰਮ ਨਹੀਂ ਦਿੱਤਾ ਗਿਆ, ਕੋਈ ਐਪਲੀਕੇਸ਼ਨ ਫਾਰਮ ਨਹੀਂ ਦਿੱਤਾ ਹੋਇਆ, ਨਾ ਹੀ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਦਿੱਤਾ, ਨਾ ਹੀ ਸੰਗਰੂਰ ਦੀ ਵੈਬਸਾਈਟ 'ਤੇ ਆ। ਤਾਂ ਤੁਸੀਂ ਫਾਰਮ ਦੇ ਲਈ ਕੀ ਕਰ ਸਕਦੇ ਹੋ ਜੀ, ਇੱਕ ਸਾਦੇ ਕਾਗਜ਼ 'ਤੇ ਆਪਣੀ ਡਿਟੇਲ ਕੋਰੇ ਕਾਗਜ਼ 'ਤੇ ਲਿਖ ਕੇ, ਠੀਕ ਹੈ, ਤੁਹਾਡਾ ਜਿਹਦੇ 'ਚ ਕੀ ਕੁਛ ਆ ਜਾਏਗਾ ਜੀ, ਤੁਹਾਡਾ ਨਾਮ ਆ ਜਾਏਗਾ, ਫਾਦਰ ਨੇਮ, ਮਾਦਰ ਨੇਮ, ਡੇਟ ਆਫ ਬਰਥ, ਤੁਹਾਡਾ ਐਡਰੈਸ, ਤੁਹਾਡੀ ਕੈਟੇਗਰੀ ਕੀ ਹੈ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜੀ ਤੁਹਾਡਾ ਮੋਬਾਈਲ ਨੰਬਰ, ਈਮੇਲ ID, ਇੱਕ ਫੋਟੋ ਤੁਸੀਂ ਉੱਪਰ ਆਪਣੀ ਪੇਸਟ ਕਰ ਦੇਣੀ ਆ। ਉਸ ਤੋਂ ਇਲਾਵਾ ਜੀ ਤੁਹਾਡੀ ਕੁਆਲੀਫਿਕੇਸ਼ਨ ਆ ਜਾਏਗੀ, ਕੀ ਕੁਆਲੀਫਿਕੇਸ਼ਨ ਤੁਹਾਡੀ ਹੈਗੀ ਆ ਜੀ, ਠੀਕ ਹੈ, ਕੁਆਲੀਫਿਕੇਸ਼ਨ ਦੇ ਵਿੱਚ ਕੀ ਕੁਛ ਆ ਜਾਏਗਾ ਜੀ, ਤੁਹਾਡੀ ਕੁਆਲੀਫਿਕੇਸ਼ਨ ਕਿਹੜੇ ਸਕੂਲ ਤੋਂ ਤੁਸੀਂ ਪਾਸ ਕੀਤੀ ਹੈ, ਕਿਹੜੇ ਬੋਰਡ ਤੋਂ ਹੈ, ਕਿੰਨੇ ਤੁਹਾਡੇ ਨੰਬਰ ਹੈ, ਕਿੰਨੀ ਪਰਸੈਂਟੇਜ ਆ। ਉਸ ਤੋਂ ਬਾਅਦ ਜੀ ਜੇਕਰ ਤੁਹਾਡੀ ਹਾਇਰ ਕੁਆਲੀਫਿਕੇਸ਼ਨ ਹੈਗੀ ਉਹ ਵੀ ਨੋਟ ਕਰ ਦਿਓ। ਅਤੇ ਉਸ ਤੋਂ ਬਾਅਦ ਜੇ ਤੁਹਾਡੇ ਵਿੱਚ ਕੋਈ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ, ਤੁਸੀਂ ਕਿਤੇ ਤਜਰਬਾ ਹੈਗਾ ਇਸ ਦਾ, SGPC 'ਚ ਕੰਮ ਕੀਤਾ, ਕਿਤੇ ਹੋਰ ਕੀਤਾ, ਤਾਂ ਤਜਰਬਾ ਨਾਲ ਲਾ ਦਿਓ। ਵੈਸੇ ਤਜਰਬਾ ਜ਼ਰੂਰੀ ਨਹੀਂ ਹੈਗਾ ਇਹਦੇ 'ਚ, ਬਿਨਾਂ ਤਜਰਬੇ ਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ, ਕਿਉਂਕਿ ਟੈਸਟ ਦੇ ਆਧਾਰ 'ਤੇ, ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਹੈ ਗ੍ਰੰਥੀ ਸਿੰਘ ਦੀ ਪੋਸਟ ਦੇ ਲਈ, ਠੀਕ ਹੈ ਜੀ। ਤਾਂ ਇਹ ਤੁਸੀਂ ਕੰਮ ਕਰ ਸਕਦੇ ਹੋ ਵੀ ਸਾਦੇ ਕਾਗਜ਼ 'ਤੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਣੀ ਡਿਟੇਲ ਲਿਖ ਕੇ, ਆਪਣੀਆਂ ਨਾਲ ਫੋਟੋ ਕਾਪੀਆਂ ਨਾਲ ਲਾ ਕੇ, ਸੈਲਫ ਟੈਸਟਡ, ਸੈਲਫ ਟੈਸਟ ਤੋਂ ਭਾਵ ਹੈ ਵੀ ਆਪਣੇ ਸਾਈਨ ਤੁਸੀਂ ਕਰ ਦੇਣਾ ਇਕੱਲੇ ਇਕੱਲੇ ਫੋਟੋ ਕਾਪੀ 'ਤੇ। ਫੋਟੋ ਕਾਪੀ ਦੇ ਵਿੱਚ ਕੀ ਆ ਜਾਏਗਾ, 8ਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਆ ਜਾਏਗੀ। ਜੇਕਰ ਤੁਸੀਂ ਕਿਸੇ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ, SC BC PWD, ਤਾਂ ਉਹਦੀ ਫੋਟੋ ਕਾਪੀ ਸਰਟੀਫਿਕੇਟ ਦੀ ਆ ਜਾਏਗੀ, ਸੈਲਫ ਟੈਸਟ ਕਰ ਦੇਣੀ ਆ। ਉਸ ਤੋਂ ਇਲਾਵਾ ਆਧਾਰ ਕਾਰਡ, ਤੁਹਾਡੇ ਪੈਨ ਕਾਰਡ ਦੀ ਫੋਟੋ ਕਾਪੀ ਆ ਜਾਏਗੀ, ਉਹ ਤੁਸੀਂ ਸੈਲਫ ਟੈਸਟ ਕਰਕੇ ਨਾਲ ਲਗਾ ਦੇਣੀ ਹੈ। ਤਾਂ ਇਹ ਸਾਰਾ ਕੁਝ ਤੁਸੀਂ ਇੱਕ PDF ਬਣਾ ਕੇ ਇਹਨਾਂ ਦੀ ਈਮੇਲ ID rstudiespatiala@gmail.com ਇੱਥੇ ਮੇਲ ਕਰ ਦੇਣੀ ਆ, ਜਾਂ ਫਿਰ ਤੁਸੀਂ ਬਾਏ ਹੈਂਡ ਵੀ ਜਾ ਕੇ ਜਮ੍ਹਾਂ ਕਰਾ ਸਕਦੇ ਹੋ, ਠੀਕ ਹੈ ਜੀ, ਉਹ ਤੁਹਾਡੀ ਆਪਣੀ ਚੋਇਸ ਹੈ। ਮੇਲ ਤੁਸੀਂ ਆਪਣੇ ਨੇੜੇ ਕਿਸੇ ਇੰਟਰਨੈਟ ਕੈਫੇ ਤੋਂ ਕਰਵਾ ਸਕਦੇ। ਤਾਂ ਇਹ ਦੋਸਤੋ ਸਾਰੀ ਡਿਟੇਲ ਸੀ ਇਹਦੇ ਸੰਬੰਧੀ। ਬਾਕੀ ਕੁਝ ਨਹੀਂ ਪਤਾ ਲੱਗ ਰਿਹਾ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ, ਜਾਂ ਫਿਰ ਵਰਕਿੰਗ ਆਵਰਸ ਦੇ ਵਿੱਚ ਇਹਨਾਂ ਨੂੰ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 82-838-25-439, ਤਾਂ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਅਪਡੇਟਸ ਸੀ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।